ਨੂੰ ਦੱਸਿਆ ਗਿਆ ਹੈ ਇਹ ਸਥਾਨ ਭਾਈ ਲੱਖੀ ਸ਼ਾਹ ਦਾ ਹੈ ਜਿਹੜਾ ਥੋੜੇ ਸਿੱਖਾਂ ਦੇ ਵਿੱਚੋਂ ਹੀ ਰਹਿ ਗਿਆ ਸੀ ਜਿਸ ਨੇ ਮਹਾਰਾਜ ਸੱਚੇ ਪਾਤਸ਼ਾਹ ਨੌਵੇਂ ਦੇ ਸਰੀਰ ਨੂੰ ਆਪਣੀ ਕੁਟੀਆ ਦੇ ਵਿੱਚ ਅੱਗ ਲਾ ਕੇ ਸੰਸਕਾਰ ਕੀਤਾ ਤੇ ਭਾਈ ਜੈਤਾ ਜੀ ਉਹਨਾਂ ਦਾ ਸਿਰ ਲੈ ਕੇ ਅਨੰਦਪੁਰ ਸਾਹਿਬ ਨੌਵੇਂ ਪਾਤਸ਼ਾਹ ਦਾ ਪਹੁੰਚੇ। ਜ਼ਿਆਦਾ ਸਿੱਖ ਮਹਾਰਾਜ ਦੇ ਸੰਸਕਾਰ ਤੇ ਇਕੱਤਰ ਕਿਉਂ ਨਹੀਂ ਹੋਏ? ਜ਼ਿਆਦਾ ਸਿੱਖ ਸਵਾਏ ਭਾਈ ਜੈਤਾ ਜੀ ਦੇ ਤੇ ਹੋਰ ਥੋੜਿਆਂ ਦੇ ਸੀਸ ਨੂੰ ਅਨੰਦਪੁਰ ਸਾਹਿਬ ਕਿਉਂ ਲੈ ਕੇ ਗਏ? ਕਿਉਂ ਕਰਕੇ ਸਿੱਖਾਂ ਦੇ ਵਿੱਚ ਡਰ ਪੈਦਾ ਹੋ ਗਿਆ ਸੀ ਕਿ ਸਾਡਾ ਗੁਰੂ ਸ਼ਹੀਦ ਕਰ ਦਿੱਤਾ, ਅਸੀਂ ਕਿਹੜੀ ਬਾਗ ਦੀ ਮੂਲੀ ਹੈ? ਤੇ ਦਸਵੇਂ ਪਾਤਸ਼ਾਹ ਨੇ ਛੋਟੀ ਅਵਸਥਾ ਦੇ ਵਿੱਚ ਫਿਰ ਪ੍ਰਣ ਕੀਤਾ ਸੀ ਕਿ ਅਸੀਂ ਇੱਕ ਇਹੋ ਜਿਹੀ ਕੌਮ ਪੈਦਾ ਕਰਾਂਗੇ ਜਿਹੜੀ ਆਪਣੇ ਆਪ ਨੂੰ ਛੁਪਾ ਨਹੀਂ ਸਕੂਗੀ। ਅੱਜ ਸਾਧ ਸੰਗਤ ਜੀ ਉਹੀ ਚੀਜ਼ ਫਿਰ ਦਰਾਈ ਜਾ ਰਹੀ ਹੈ। ਇਸ ਕੌਮ ਦੇ ਵਾਰਸ ਕਿੱਥੇ ਗਏ ਹੈ? ਸਰਨਾ ਸਾਹਿਬ ਜਿਹੜੇ ਇਸ ਸਥਾਨ ਦੇ ਮੁਖੀ ਹੈ ਉਹ ਕਿੱਥੇ ਚਲੇ ਗਏ ਹੈ? ਆ ਰੋਂਦੀਆਂ ਬੀਬੀਆਂ ਦੇ ਅਥਰੂ ਉਹ ਇੱਥੇ ਪੂੰਜਣ ਲਈ ਕਿਉਂ ਨਹੀਂ ਆਏ? ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਿੱਥੇ ਚਲੇ ਗਏ ਆ? ਅਮਰਿੰਦਰ ਸਿੰਘ ਜੀ ਰਾਜਾ ਜਿਨ੍ਹੇ ਅੰਮ੍ਰਿਤਸਰ ਐਲਾਨਨਾਮੇ ਤੇ ਦਸਖਤ ਕੀਤੇ ਹੈ ਕਿੱਥੇ ਚਲੇ ਗਏ ਆ? ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਕਿੱਥੇ ਚਲੇ ਗਏ ਆ? ਕੱਲ ਰਾਤ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਮਰੀਕਾ ਨੂੰ ਰਵਾਨਾ ਹੋ ਗਏ ਆ। ਇੱਥੇ ਅੱਜ ਕੌਣ ਹੈ? ਕੀ ਉਹ ਸਥਿਤੀ ਪੈਦਾ ਨਹੀਂ ਹੋ ਗਈ ਜਦੋਂ ਮਹਾਰਾਜ ਨੇ ਕਿਹਾ ਸੀ ਕਿ ਮੈਂ ਇਹੋ ਜਿਹੀ ਜਾਤ ਇਹੋ ਜਿਹੀ ਜਮਾਤ ਇਹੋ ਜਿਹੀ ਕੌਮ ਪੈਦਾ ਕਰੂੰਗਾ ਜਿਹੜਾ ਆਪਣੇ ਆਪ ਨੂੰ ਲੁਕੋ ਨਹੀਂ ਸਕੂਗੀ? ਅੱਜ ਕਿੱਥੇ ਸਰਨਾ ਸਾਹਿਬ, ਕਿੱਥੇ ਬਾਦਲ ਸਾਹਿਬ, ਕਿੱਥੇ ਕੈਪਟਨ ਸਾਹਿਬ, ਕਿੱਥੇ ਹੋਰ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਲੁਕੇ ਖੜੇ ਆ? ਇੱਥੇ ਸਿਰਫ ਭਾਈ ਬੋਤਾ ਸਿੰਘ ਤੇ ਗਰਜਾ ਸਿੰਘ ਦੇ ਵਾਰਸ ਪਹੁੰਚੇ ਹੈ। ਤੁਹਾਨੂੰ ਮੈਂ ਮੁਬਾਰਕ ਦਿੰਦਾ। ਬਾਪੂ ਤਰਲੋਕ ਸਿੰਘ ਜੀ ਸਿਰਫ ਇੱਕੋ ਇੱਕ ਪਿਤਾ ਰਹਿ ਗਏ ਹੈ ਤਿੰਨ ਸ਼ਹੀਦਾਂ ਦੇ, ਭਾਈ ਬੇਅੰਤ ਸਿੰਘ ਦੇ ਬਜ਼ੁਰਗ, ਭਾਈ ਕੇਰ ਸਿੰਘ ਦੇ ਬਜ਼ੁਰਗ ਗੁਜਰ ਚੱਕੇ ਹੈ। ਅੱਜ 25 ਸਾਲ ਬਾਅਦ ਬਾਬਾ ਤਰਲੋਕ ਸਿੰਘ ਜੀ ਸਾਡੇ ਸਤਿਕਾਰਯੋਗ ਭਾਈ ਸਤਵੰਤ ਸਿੰਘ ਦੇ ਪਿਤਾ ਅੱਜ ਇੱਥੇ ਹਾਜ਼ਰ ਹੈ। ਇਹ ਤਿੰਨ ਸਿੱਖਾਂ ਨੇ ਭਾਈ ਬੇਅੰਤ ਸਿੰਘ, ਸਤਵੰਤ ਸਿੰਘ ਤੇ ਕੇਰ ਸਿੰਘ ਨੇ ਸਾਡਾ ਜਿਹੜਾ ਸਾਫਾ ਹੈ, ਜਿਹੜੀ ਸਾਡੀ ਧੌਣ ਉੱਚੀ ਹੈ, ਜਿਹੜੇ ਸਾਡੇ ਛਾਤੀਆਂ ਖੁੱਲ ਕੇ ਅੱਜ ਜਿਹਦੇ ਨਾਲ ਚੱਲ ਰਹੇ ਹੈ, ਇਹਨਾਂ ਤਿੰਨਾਂ ਸ਼ਹੀਦਾਂ ਨੇ ਵਾਪਸ ਰਖਾਈਆਂ। ਭਾਈ ਬੇਅੰਤ ਸਿੰਘ ਅੱਜ ਸ਼ਹੀਦ ਹੋ ਗਏ ਸੀਗੇ ਔਰ ਭਾਈ ਸਤਵੰਤ ਸਿੰਘ ਬਹੁਤ ਬੁਰੀ ਤਰ੍ਹਾਂ
ਜ਼ਖਮੀ ਹੋ ਗਏ ਸੀਗੇ ਔਰ ਇਸ ਤੋਂ ਬਾਅਦ ਹਜ਼ਾਰਾਂ ਸਿੱਖ ਹਿੰਦੂਆਂ ਨੇ ਮਾਰਤੇ ਸੀਗੇ ਕਿਉਂ ਕਰਕੇ ਹਰਕਿਸ਼ਨ ਸਿੰਘ ਸੁਰਜੀਤ ਕਾਮਰੇਡ ਸੀਗੇ ਉਹਨਾਂ ਨੂੰ ਵੀ ਥਾਣੇ ਦੇ ਵਿੱਚ ਲੁਕਣਾ ਪਿਆ ਜਿੰਨੇ ਨਿਰੰਕਾਰੀ ਸੀ ਉਹਨਾਂ ਨੂੰ ਵੀ ਹਿੰਦੂਆਂ ਨੇ ਵੱਢ ਸਕਿਆ ਜਿੰਨੇ ਵੀ ਬਿਆਸ ਦੇ ਡੇਰੇ ਦੇ ਸੀ ਉਹ ਵੀ ਵੱਢਤੇ ਜਿਹਦੇ ਸਿਰ ਦੇ ਉੱਤੇ ਸਾਫਾ ਸੀ ਕਿਸੇ ਨੂੰ ਨਹੀਂ ਛੱਡਿਆ ਹੈ ਫਿਰ ਸਾਧ ਸੰਗਤ ਜੀ ਅਸੀਂ ਮੰਨਦੇ ਨਹੀਂ ਹਾਂ ਸਾਡੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਕਿਉਂ ਪੈਦਾ ਕੀਤਾ ਸਿੱਖਾਂ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਹੈ ਕਿ ਨਾ ਸਿੱਖ ਹਿੰਦੂ ਹੈ ਨਾ ਅਸੀਂ ਮੁਸਲਮਾਨ ਹੈ ਇਸੇ ਕਰਕੇ ਸਿਰਫ ਤੇ ਸਿਰਫ ਗੁਰੂ ਨਾਨਕ ਸਾਹਿਬ ਨੂੰ ਮੁਸਲਿਮ ਬਾਦਸ਼ਾਹ ਬਾਬਰ ਨੇ ਜੇਲ੍ਹ ਦੇ ਵਿੱਚ ਰੱਖਿਆ ਸੀ ਕਿਉਂ ਕਰਕੇ ਉਹ ਤੜਫ ਉੱਠਿਆ ਸੀ ਕਿ ਇਹ ਜ਼ੁਲਮ ਕਿਉਂ ਹੋ ਰਿਹਾ ਔਰ ਫਿਰ ਜੇ ਅਸੀਂ ਮੁਸਲਮਾਨ ਨਹੀਂ ਹੈ ਹਿੰਦੂ ਨਹੀਂ ਹੈ ਫਿਰ ਜਦੋਂ ਗੁਰੂ ਅਰਜਨ ਸਾਹਿਬ ਨੂੰ ਤੱਤੀਆਂ ਨੋਹਾਂ ਦੇ ਉੱਤੇ ਬਿਠਾਇਆ ਬਾਦਸ਼ਾਹ ਜਹਾਂਗੀਰ ਨੇ ਮੁਖਬਰ ਕੌਣ ਸੀ ਚੰਦੂ ਸੀ ਫਿਰ ਸਾਧ ਸੰਗਤ ਜੀ ਇਹ ਦੋਨੋਂ ਕੌਮਾਂ ਨੇ ਸਾਨੂੰ ਕਦੇ ਬਖਸ਼ਿਆ ਨਹੀਂ ਹੈ ਅਸੀਂ ਜੇ ਜਿੰਦਾ ਰਹੇ ਹਾਂ ਆਪਣੀ ਹਿੰਮਤ ਦੇ ਨਾਲ ਰਹੇ ਹਾਂ ਆਹ ਜਿਹੜੇ ਸਾਡੇ ਲੀਡਰ ਵੇਖੋ ਗੁਲਦਸਤੇ ਦੇ ਰਹੇ ਹੈ ਹਕੂਮਤ ਨੂੰ ਇੱਥੇ ਮਨਮੋਹਨ ਸਿੰਘ ਨੂੰ ਇੱਥੇ ਐਲ ਕੇ ਅਡਵਾਨੀ ਨੂੰ ਬਾਦਲ ਤੇ ਉਹਦਾ ਪਰਿਵਾਰ ਇਹਦੇ ਕਰਕੇ ਅਸੀਂ ਜਿਉਂਦੇ ਨਹੀਂ ਹੈ ਅਸੀਂ ਜਿਉਂਦੇ ਹੈ ਕਿਉਂ ਕਰਕੇ ਗੁਰੂ ਨਾਨਕ ਸਾਹਿਬ ਨੇ ਇਸ ਕੌਮ ਨੂੰ ਅਲੈਦਾ ਜਨਮ ਦਿੱਤਾ ਹੈ ਅਲੈਦਾ ਕੌਮ ਬਣਾਈ ਹੈ ਅਲੈਦਾ ਧਰਮ ਬਣਾਇਆ ਇਸੇ ਕਰਕੇ ਛੇਵੇਂ ਪਾਤਸ਼ਾਹ ਨੇ ਮੀਰੀ ਪੀਰੀ ਦਾ ਸੰਵਿਧਾਨ ਸ਼ੁਰੂ ਕੀਤਾ ਉਸ ਵਕਤ ਗੈਰ ਮੁਸਲਮਾਨ ਘੋੜੇ ਦੀ ਸਵਾਰੀ ਨਹੀਂ ਸੀ ਕਰ ਸਕਦਾ ਹੱਥ ਦੇ ਵਿੱਚ ਕਿਰਪਾਨ ਨਹੀਂ ਸੀ ਰੱਖ ਸਕਦਾ ਇਹ ਛੇਵੇਂ ਪਾਤਸ਼ਾਹ ਨੇ ਸਾਨੂੰ ਹੱਕ ਦਵਾਇਆ ਔਰ ਜਹਾਂਗੀਰ ਦੇ ਘੋੜੇ ਲਾਹੌਰ ਦੇ ਕਿਲ੍ਹੇ ਚੋਂ ਭਾਈ ਬਿਧੀ ਚੰਦ ਬਾਦਸ਼ਾਹ ਦੇ ਘੋੜੇ ਲਿਆ ਕੇ ਮਹਾਰਾਜ ਦੇ ਕੋਲੇ ਪੇਸ਼ ਕੀਤੇ ਕੋਈ ਵੀ ਗੈਰ ਮੁਸਲਮਾਨ ਬਾਜ ਨਹੀਂ ਸੀ ਰੱਖ ਸਕਦਾ ਸ਼ਿਕਾਰ ਨਹੀਂ ਸੀ ਖੇਡ ਸਕਦਾ ਛੇਵੇਂ ਪਾਤਸ਼ਾਹ ਨੇ ਜਹਾਂਗੀਰ ਬਾਦਸ਼ਾਹ ਦਾ ਹੰਕਾਰ ਤੋੜਿਆ ਉਹਦਾ ਬਾਜ ਵੀ ਫੜ ਲਿਆ ਉਹਦੇ ਨਾਲ ਸ਼ਿਕਾਰ ਵੀ ਖੇਡਿਆ ਸਾਧ ਸੰਗਤ ਜੀ ਫਿਰ ਦਸਵੇਂ ਪਾਤਸ਼ਾਹ ਅਨੰਦਪੁਰ ਸਾਹਿਬ ਦੇ ਵਾਰਸ ਬਣਦੇ ਹੈ ਉੱਥੇ ਮੋਗਲਾਂ ਨੇ ਮੁਸਲਮਾਨਾਂ ਨੇ ਉਹਨਾਂ ਨਾਲ ਛੇੜਖਾਨੀ ਦਾ ਯੁੱਧ ਨਹੀਂ ਸੀ ਕੀਤਾ ਜਿਹੜੇ ਪਹਾੜੀ ਹਿੰਦੂ ਰਾਜੇ ਸੀ ਉਹਨਾਂ ਨੇ ਸ਼ਿਕਾਇਤ ਔਰੰਗਜ਼ੇਬ ਕੋਲੇ ਕੀਤੀ ਕਿ ਗੁਰੂ ਗੋਬਿੰਦ ਸਿੰਘ ਹਕੂਮਤ ਬਾਦਸ਼ਾਹ ਔਰੰਗਜ਼ੇਬ ਦੇ ਖਿਲਾਫ ਬਗਾਵਤ ਕਰ ਰਿਹਾ ਜਿਹਦੇ ਕਰਕੇ ਔਰੰਗਜ਼ੇਬ ਮੋਗਲ ਹਕੂਮਤ ਨੇ ਦਸਵੇਂ ਪਾਤਸ਼ਾਹ ਦੇ ਉੱਤੇ ਆਪਣੀ ਫੌਜ ਚਾੜੀ